ਕੱਲ ਮਹਿ ਰਾਮ ਨਾਮ ਵਡਿਆਈ। ਇਸ ਬੇਖੜੀਆਂ ਭਰੇ ਸੰਸਾਰ ਵਿੱਚ ਪਰਮਾਤਮਾ ਦੇ ਨਾਮ ਦੇ ਰਾਹੀਂ ਹੀ ਲੋਕ ਪਰਲੋਕ ਦੀ ਇੱਜ਼ਤ ਮਿਲਦੀ ਹੈ। ਗੁਰਪੂਰੇ ਤੇ ਪਾਇਆ ਜਾਈ, ਇਹ ਨਾਮ ਪੂਰੇ ਗੁਰੂ ਪਾਸੋਂ ਹੀ ਮਿਲਦਾ ਹੈ। ਨਾਮ ਰਤੇ ਸਦਾ ਸੁੱਖ ਪਾਈ, ਹਰ ਨਾਮ ਦੇ ਪਿਆਰ ਵਿੱਚ ਰੰਗ ਕੇ ਮਨੁੱਖ ਸਦਾ ਹਰੇਕ ਯੁੱਗ ਵਿੱਚ ਸੁੱਖ ਮਾਣਦਾ ਹੈ। ਬਿਨ ਨਾਮੈ ਹੋਮੈ ਜਲ ਜਾਈ, ਨਾਮ ਤੋਂ ਬਿਨਾਂ ਮਨੁੱਖ ਹੋਮੇ ਦੀ ਅੱਗ ਵਿੱਚ ਆਪਣਾ ਆਤਮਕ ਜੀਵਨ ਸੁਆ ਕਰ ਲੈਂਦਾ ਹੈ। ਵਡਭਾਗੀ ਹਰ ਨਾਮ ਵਿਚਾਰਾ, ਜਿਹੜਾ ਭਾਗਾ ਵਾਲਾ ਮਨੁੱਖ ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ ਮੰਡਲ ਵਿੱਚ ਵਸਾਉਂਦਾ ਹੈ। ਛੂਟੈ ਰਾਮ ਨਾਮ ਦੁੱਖ ਸਾਰਾ, ਨਾਮ ਦੀ ਬਰਕਤ ਨਾਲ ਉਸਦਾ ਸਾਰਾ ਦੁੱਖ ਮੁੱਕ ਜਾਂਦਾ ਹੈ। ਹਿਰਦੈ ਵਸਿਆ ਸੋ ਬਾਹਰ ਪਾਸਾਰਾ, ਉਹ ਜਾਣਦਾ ਹੈ ਕਿ ਜਿਹੜਾ ਪ੍ਰਭੂ ਹਿਰਦੇ ਵਿੱਚ ਵਸ ਰਿਹਾ ਹੈ, ਬਾਹਰ ਜਗਤ ਵਿੱਚ ਵੀ ਉਹੀ ਪਸਰਿਆ ਹੋਇਆ ਹੈ। ਨਾਨਕ ਜਾਣੈ ਸਭ ਉਪਾਵਨ ਹਾਰਾ, ਹੇ ਨਾਨਕ ਉਹ ਮਨੁੱਖ ਹਰ ਥਾਂ ਸਿਰਜਣਹਾਰ ਨੂੰ ਵਸਦਾ ਸਮਝਦਾ ਹੈ। ਬਸੰਤ ਮਹੱਲਾ ਤੀਜਾ ਇੱਕ ਤੁਕੇ, ਇਹ ਇੱਕ ਤੁਕ ਵਾਲੀ ਬਾਣੀ ਰਾਗ ਬਸੰਤ ਵਿੱਚ ਉਚਾਰਨ ਕੀਤੀ ਹੋਈ ਧੰਨ ਗੁਰੂ ਅਮਰਦਾਸ ਜੀ ਦੀ ਹੈ। ਤੇਰਾ ਕੀਆ ਕਿਰਮ ਜੰਤ, ਹੇ ਪ੍ਰਭੂ ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਤੁੱਛ ਜੀਵ ਹਾਂ। ਦੇਹ ਨਾ ਜਾਪੀ ਆਦ ਮੰਤ, ਜੇ ਤੂੰ ਆਪ ਹੀ ਦੇਵੇਂ ਤਾਂ ਹੀ ਮੈਂ ਤੇਰਾ ਸੱਤ ਨਾਮ ਮੰਤਰ ਜਪ ਸਕਦਾ ਹਾਂ। ਗੁਣ ਆਖ ਵਿਚਾਰੀ ਮੇਰੀ ਮਾਏ, ਹੇ ਮਾਂ ਮੇਰੀ ਤਾਂਘ ਹੈ ਕਿ ਮੈਂ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਨੂੰ ਆਪਣੇ ਮਨ ਵਿੱਚ ਵਸਾਈ ਰੱਖਾਂ। ਹਰ ਜਪ ਹਰ ਕਹਿ ਲੱਗੋ ਪਾਏ ਰਹਾਉ, ਹਰ ਨਾਮ ਜਪ ਜਪ ਕੇ ਹਰੀ ਦੇ ਚਰਨਾਂ ਵਿੱਚ ਜੁੜਿਆ ਰਹਾਂ। ਗੁਰਪ੍ਰਸਾਦ ਲਾਗੇ ਨਾਮ ਸਵਾਦ, ਮਨੁੱਖ ਗੁਰੂ ਦੀ ਕਿਰਪਾ ਨਾਲ ਹੀ ਨਾਮ ਦੇ ਰਸ ਵਿੱਚ ਲੱਗ ਸਕਦਾ ਹੈ। ਕਾਹੇ ਜਨਮ ਗਵਾਵਹੋ ਵੈਰ ਵਾਦ, ਵੈਰ ਵਿੱਚ ਵਿਰੋਧ ਵਿੱਚ ਕਿਉਂ ਆਪਣੀ ਜ਼ਿੰਦਗੀ ਗਵਾ ਰਹੇ ਹੋ? ਗੁਰੂ ਦੀ ਸ਼ਰਨ ਪਵੋ। ਗੁਰ ਕਿਰਪਾ ਕੀਨੀ ਝੂਕਾ ਅਭਿਮਾਨ, ਜਿਸ ਮਨੁੱਖ ਉੱਤੇ ਗੁਰੂ ਨੇ ਮਿਹਰ ਕੀਤੀ ਉਸਦੇ ਅੰਦਰੋਂ ਅਹੰਕਾਰ ਮੁੱਕ ਗਿਆ। ਸਹਿਜ ਭਾਏ ਪਾਇਆ ਹਰ ਨਾਮ, ਉਸਨੇ ਆਤਮਕ ਅਡੋਲਤਾ ਦੇਣ ਵਾਲੇ ਪ੍ਰੇਮ ਵਿੱਚ ਟਿਕ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ। ਉੱਤਮ ਉੱਚਾ ਸ਼ਬਦ ਕਾਮ, ਪ੍ਰਭੂ ਦੀ ਸਿਫਸਲਾ ਦੀ ਬਾਣੀ ਪੜ੍ਹਨ ਵਾਲਾ ਕੰਮ ਹੋਰ ਸਾਰੇ ਕੰਮਾਂ ਨਾਲੋਂ ਸ੍ਰੇਸ਼ਟ ਹੈ, ਉੱਚਾ ਹੈ। ਨਾਨਕ ਵਖਾਣੈ ਸਾਚ ਨਾਮ, ਤਾਂ ਹੀ ਤਾਂ ਨਾਨਕ ਸਦਾ ਸਿਰ ਪ੍ਰਭੂ ਦਾ ਨਾਮ ਉਚਾਰਦਾ ਰਹਿੰਦਾ ਹੈ। ਬਸੰਤ ਮਹੱਲਾ ਤੀਜਾ, ਰਾਗ ਬਸੰਤ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਬਨਸਪਤ ਮੌਲੀ ਚੜਿਆ ਬਸੰਤ, ਜਿਵੇਂ ਜਦੋਂ ਬਸੰਤ ਚੜ੍ਹਦਾ ਹੈ ਅਤੇ ਸਾਰੀ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ। ਇਹੋ ਮਨ ਮੌਲਿਆ ਸਤਿਗੁਰੂ ਸੰਗ, ਤਿਵੇਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਇਹ ਮਨ ਆਤਮਕ ਜੀਵਨ ਨਾਲ ਹਰਾ ਭਰਾ ਹੋ ਜਾਂਦਾ ਹੈ।
ਤੋ ਮੈਂ ਸਾਚ ਧਿਆਵ ਹੋ ਮੁਗਦ ਮਨਾ। ਹੇ ਮੇਰੇ ਮੂਰਖ ਮਨ, ਤੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਸਿਮਰਿਆ ਕਰ, ਤਾਂ ਸੁਖ ਪਾਵ ਹੋ ਮੇਰੇ ਮਨਾ ਰਹਾਓ। ਤਦੋਂ ਹੀ ਹੇ ਮੇਰੇ ਮਨ, ਤੂੰ ਆਨੰਦ ਮਾਣ ਸਕੇਗਾ। ਇਤ ਮਨ ਮੌਲੀਐ ਭਇਆ ਆਨੰਦ। ਉਸ ਮਨੁੱਖ ਦਾ ਇਹ ਮਨ ਖਿੜ ਪੈਣ ਨਾਲ ਉਸਦੇ ਅੰਦਰ ਆਤਮਕ ਆਨੰਦ ਪੈਦਾ ਹੋ ਗਿਆ ਹੈ। ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ। ਜਿਸ ਮਨੁੱਖ ਨੇ ਗੁਰੂ ਦੀ ਸੰਗਤ ਵਿੱਚ ਗੋਬਿੰਦ ਦਾ ਨਾਮ ਹਾਸਲ ਕਰ ਲਿਆ, ਆਤਮਕ ਜੀਵਨ ਦੇਣ ਵਾਲਾ ਨਾਮ ਫਲ ਪ੍ਰਾਪਤ ਕਰ ਲਿਆ। ਏਕੋ ਏਕ ਸਭ ਆਖ ਵਖਾਣੈ। ਉਂਝ ਤਾਂ ਹਰੇਕ ਮਨੁੱਖ ਆਖ ਕੇ ਦੱਸਦਾ ਹੈ ਕਿ ਸਭ ਥਾਈਂ ਪਰਮਾਤਮਾ ਆਪ ਹੀ ਆਪ ਹੈ, ਹੁਕਮ ਬੂਝੈ ਤਾਂ ਏਕੋ ਜਾਣੈ। ਪਰ ਜਦੋਂ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ ਤਦੋਂ ਹੀ ਉਸ ਨਾਲ ਡੂੰਘੀ ਸਾਂਝ ਪਾਉਂਦਾ ਹੈ। ਕਹਿਤ ਨਾਨਕ ਹੋ ਮੈਂ ਕਹਿ ਨਾ ਕੋਏ। ਨਾਨਕ ਆਖਦਾ ਹੈ ਕਿ ਜਦੋਂ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ ਤਦੋਂ ਮਨੁੱਖ ਮੈਂ ਨਹੀਂ ਕਰਦਾ। ਆਖਣ ਵੇਖਣ ਸਭ ਸਾਹਿਬ ਤੇ ਹੋਏ। ਤਦੋਂ ਉਸਨੂੰ ਇਹ ਸਮਝ ਪੈ ਜਾਂਦੀ ਹੈ ਕਿ ਜੀਵ ਉਹੀ ਕੁਝ ਆਖਦਾ ਵੇਖਦਾ ਹੈ ਜੋ ਮਾਲਕ ਵੱਲੋਂ ਪ੍ਰੇਰਨਾ ਹੁੰਦੀ ਹੈ। ਬਸੰਤ ਮਹੱਲਾ ਤੀਜਾ। ਰਾਗ ਬਸੰਤ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਸਭ ਯੁਗ ਤੇਰੇ ਕੀਤੇ ਹੋਏ। ਹੇ ਪਰਮਾਤਮਾ, ਸਾਰੇ ਯੁਗ ਸਾਰੇ ਸਮੇਂ ਤੇਰੇ ਹੀ ਬਣਾਏ ਹੋਏ ਹਨ। ਸਤਿਗੁਰ ਭੇਟੈ ਮਤ ਬੁੱਧ ਹੋਏ। ਤੇਰੇ ਨਾਮ ਦੀ ਪ੍ਰਾਪਤੀ ਜੁਗਾਂ ਦੇ ਵਿਤਕਰੇ ਨਾਲ ਨਹੀਂ ਹੁੰਦੀ। ਜਿਸ ਮਨੁੱਖ ਨੂੰ ਤੇਰੀ ਮਿਹਰ ਨਾਲ ਗੁਰੂ ਮਿਲ ਪੈਂਦਾ ਹੈ ਉਸਦੇ ਅੰਦਰ ਨਾਮ ਜਪਣ ਵਾਲੀ ਮਤ ਅਕਲ ਪੈਦਾ ਹੋ ਜਾਂਦੀ ਹੈ। ਹਰ ਜੀਉ ਆਪੇ ਲਿਹੋ ਮਿਲਾਏ। ਹੇ ਪ੍ਰਭੂ ਜੀ, ਜਿਸ ਮਨੁੱਖ ਨੂੰ ਤੂੰ ਆਪ ਹੀ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। ਗੁਰ ਕੈ ਸ਼ਬਦ ਸੱਚ ਨਾਮ ਸਮਾਏ ਰਹਾਓ। ਗੁਰੂ ਦੇ ਸ਼ਬਦ ਦੇ ਰਾਹੀਂ ਉਹ ਮਨੁੱਖ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਵਿੱਚ ਲੀਨ ਰਹਿੰਦਾ ਹੈ। ਮਨ ਬਸੰਤ ਹਰੇ ਸਭ ਲੋਏ। ਜਿਨ੍ਹਾਂ ਮਨੁੱਖਾਂ ਦੇ ਮਨ ਵਿੱਚ ਸਦਾ ਖਿੜੇ ਰਹਿਣ ਵਾਲਾ ਪ੍ਰਭੂ ਆ ਵਸਦਾ ਹੈ ਉਹ ਸਾਰੇ ਹੀ ਇਸ ਜਗਤ ਵਿੱਚ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ। ਫਲੈ ਫੁੱਲੀਐ ਰਾਮ ਨਾਮ ਸੁਖ ਹੋਏ। ਉਹ ਮਨੁੱਖ ਦੁਨੀਆ ਵਿੱਚ ਵੀ ਕਾਮਯਾਬ ਹੁੰਦੇ ਹਨ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ। ਉਹਨਾਂ ਦੇ ਅੰਦਰ ਆਤਮਕ ਆਨੰਦ ਵੀ ਬਣਿਆ ਰਹਿੰਦਾ ਹੈ। ਸਦਾ ਬਸੰਤ ਗੁਰ ਸ਼ਬਦ ਵਿਚਾਰੇ। ਉਸ ਮਨੁੱਖ ਦੇ ਅੰਦਰ ਸਦਾ ਆਤਮਕ ਖਿੜਾਓ ਬਣਿਆ ਰਹਿੰਦਾ ਹੈ। ਰਾਮ ਨਾਮ ਰਾਖੈ ਔਰ ਤਾਰੇ। ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਉਂਦਾ ਹੈ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਟਿਕਾਈ ਰੱਖਦਾ ਹੈ। ਮਨ ਬਸੰਤ ਤਨ ਮਨ ਹਰਿਆ ਹੋਏ। ਜਿਸ ਮਨੁੱਖ ਦੇ ਮਨ ਵਿੱਚ ਸਦਾ ਖਿੜੇ ਰਹਿਣ ਵਾਲਾ ਹਰੀ ਆ ਵਸਦਾ ਹੈ ਉਸਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ, ਉਸਦਾ ਮਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ। ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ। ਹੇ ਨਾਨਕ,
ਇਹ ਸਰੀਰ ਮਾਨੋ ਰੁੱਖ ਹੈ ਜਿਸ ਦੇ ਮਨ ਵਿੱਚ ਬਸੰਤ ਆ ਜਾਂਦੀ ਹੈ। ਉਸ ਮਨੁੱਖ ਦਾ ਇਹ ਸਰੀਰ ਰੁੱਖ ਹਰ ਨਾਮ ਫਲ ਪ੍ਰਾਪਤ ਕਰ ਲੈਂਦਾ ਹੈ। ਬਸੰਤ ਮਹੱਲਾ ਤੀਜਾ। ਰਾਗ ਬਸੰਤ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਤਿੰਨ ਬਸੰਤ ਜੋ ਹਰ ਗੁਣ ਗਾਏ। ਜਿਹੜਾ ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਰਹਿੰਦਾ ਹੈ ਉਹਨਾਂ ਦੇ ਅੰਦਰ ਆਤਮਕ ਖਿੜਾਓ ਬਣਿਆ ਰਹਿੰਦਾ ਹੈ। ਪੂਰੇ ਭਾਗ ਹਰ ਭਗਤ ਕਰਾਏ। ਪਰ ਜੀਵਾਂ ਦੇ ਵਸ ਦੀ ਗੱਲ ਨਹੀਂ ਹੈ, ਵੱਡੀ ਕਿਸਮਤ ਨਾਲ ਪਰਮਾਤਮਾ ਆਪ ਹੀ ਜੀਵਾਂ ਪਾਸੋਂ ਭਗਤੀ ਕਰਾਉਂਦਾ ਹੈ। ਇਸ ਮਨ ਕੋ ਬਸੰਤ ਕੀ ਲੱਗੈ ਨਾ ਸੋਏ। ਉਸ ਮਨੁੱਖ ਦੇ ਇਸ ਮਨ ਨੂੰ ਆਤਮਕ ਖਿੜਾਓ ਦੀ ਛੋਂ ਹਾਸਲ ਨਹੀਂ ਹੁੰਦੀ। ਇਹੋ ਮਨ ਜਲਿਆ ਦੂਜੈ ਦੋਏ ਰਹਾਓ। ਜਿਸ ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਵਿੱਚ ਫਸ ਕੇ ਤੇਰ ਮੇਰ ਵਿੱਚ ਫਸ ਕੇ ਆਤਮਕ ਮੌਤ ਸਹੇੜ ਲੈਂਦਾ ਹੈ, ਇਹੋ ਮਨ ਧੰਦਾ ਬਾਂਧਾ ਕਰਮ ਕਮਾਏ। ਜਿਸ ਮਨੁੱਖ ਦਾ ਇਹ ਮਨ ਮਾਇਆ ਦੇ ਧੰਦੇ ਵਿੱਚ ਬੱਜਾ ਰਹਿੰਦਾ ਹੈ, ਮਾਇਆ ਮੂਠਾ ਸਦਾ ਬਿੱਲ ਲਾਏ ਅਤੇ ਇਸ ਹਾਲਤ ਵਿੱਚ ਟਿਕਿਆ ਰਹਿ ਕੇ ਕਰਮ ਕਮਾਉਂਦਾ ਹੈ। ਮਾਇਆ ਦਾ ਮੋਹ ਉਸਦੇ ਆਤਮਕ ਜੀਵਨ ਨੂੰ ਲੁੱਟ ਲੈਂਦਾ ਹੈ, ਉਹ ਸਦਾ ਦੁਖੀ ਰਹਿੰਦਾ ਹੈ। ਇਹੋ ਮਨ ਛੂਟੈ ਜਾਂ ਸਤਿਗੁਰ ਭੇਟੈ। ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦਾ ਇਹ ਮਨ ਮਾਇਆ ਦੇ ਮੋਹ ਦੇ ਪੰਜੇ ਵਿੱਚੋਂ ਬਚ ਨਿਕਲਦਾ ਹੈ। ਜਮਕਾਲ ਕੀ ਫਿਰ ਆਵੈ ਨਾ ਫੇਟੈ। ਫਿਰ ਉਹ ਆਤਮਕ ਮੌਤ ਦੀ ਮਾਰ ਦੇ ਕਾਬੂ ਵਿੱਚ ਨਹੀਂ ਆਉਂਦਾ। ਇਹੋ ਮਨ ਛੂਟਾ ਗੁਰ ਲੀਆ ਛਡਾਏ। ਪਰ ਮਾਇਆ ਦੇ ਮੋਹ ਵਿੱਚੋਂ ਨਿਕਲਣਾ ਜੀਵ ਦੇ ਆਪਣੇ ਵਸ ਦੀ ਗੱਲ ਨਹੀਂ। ਜਿਸ ਮਨੁੱਖ ਨੂੰ ਗੁਰੂ ਨੇ ਮਾਇਆ ਦੇ ਪੰਜੇ ਵਿੱਚੋਂ ਛਡਾ ਲਿਆ ਉਸਦਾ ਇਹ ਮਨ ਮਾਇਆ ਦੇ ਮੋਹ ਤੋਂ ਬਚ ਗਿਆ। ਨਾਨਕ ਮਾਇਆ ਮੋਹ ਸ਼ਬਦ ਜਲਾਏ। ਹੇ ਨਾਨਕ, ਉਹ ਮਨੁੱਖ ਮਾਇਆ ਦੇ ਮੋਹ ਨੂੰ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਸਾੜ ਦਿੰਦਾ ਹੈ। ਬਸੰਤ ਮਹੱਲਾ ਤੀਜਾ। ਰਾਗ ਬਸੰਤ ਵਿੱਚ ਉਚਾਰਨ ਕੀਤੀ ਹੋਈ ਇਹ ਧੰਨ ਗੁਰੂ ਅਮਰਦਾਸ ਜੀ ਦੀ ਬਾਣੀ ਹੈ। ਬਸੰਤ ਚੜਿਆ ਫੁੱਲੀ ਬਨ ਰਾਏ। ਜਿਵੇਂ ਜਦੋਂ ਬਸੰਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਦੋਂ ਸਾਰੀ ਬਨਸਪਤੀ ਖਿੜ ਪੈਂਦੀ ਹੈ। ਇਹੋ ਜੀ ਜੰਤ ਫੁੱਲ ਹੈ ਹਰ ਚਿੱਤ ਲਾਏ। ਤਿਵੇਂ ਇਹ ਸਾਰੇ ਜੀਵ ਪਰਮਾਤਮਾ ਵਿੱਚ ਚਿੱਤ ਜੋੜ ਕੇ ਆਤਮਕ ਜੀਵਨ ਨਾਲ ਖਿੜ ਪੈਂਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।